हेलो फ्रेंड्स टुडेस टॉपिक इज डिस्क्राइब आवर स्पोर्ट्स प्रोग्राम यू लाइक टू वॉच कोई स्पोर्ट्स प्रोग्राम बारे डिस्क्राइब करो जेड़ा के ਤੁਹਾਨੂੰ ਦੇਖਣਾ ਪਸੰਦ ਹੈ ਸੋ ਇਸ ਦੇ ਕਿਊਜ਼ ਹੈਗੇ ਵਟ ਇਜ਼ ਇਟ ਇਹ ਕਿਹੜਾ ਸਪੋਰਟਸ ਪ੍ਰੋਗਰਾਮ ਹੈ ਹੂ డు ਯੂ ਵਾਚ ਇਟ ਵਿਦ ਕਿਸ ਦੇ ਨਾਲ ਦੇਖਦੇ ਹੋ ਵੈਨ డు ਯੂ ਵਾਚ ਇਟ ਕਦੋਂ ਦੇਖਦੇ ਹੋ ਵਾਈ డు ਯੂ ਲਾਈਕ ਟੂ ਵਾਚ ਇਟ ਐਂਡ ਕੀ ਰੀਜ਼ਨ ਹੈ ਕਿ ਤੁਸੀਂ ਤੁਹਾਨੂੰ ਇਹ ਜਿਹੜਾ ਪਸੰਦ ਆ ਦੇਖਣਾ ਸੋ ਗਾਇਜ਼ ਇਫ ਯੂ ਆਰ ਵਾਚਿੰਗ ਮਾਈ ਵੀਡੀਓ ਫਸਟ ਟਾਈਮ देन प्लीज ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਸੋ लेट्स गेट स्टार्टेड ਵੀਂਗ ਆ ਸਪੋਰਟਸ ਲਵਰ ਆਮ ਫਾਉਂਡ ਆਫ ਵਾਚਿੰਗ ਪ੍ਰੋਗਰਾਮਸ ਰਿਲੇਟਡ ਟੂ ਡਿਫਰੈਂਟ ਸਪੋਰਟਸ ਸਪੋਰਟਸ ਲਵਰ ਹੋਣ ਦੇ ਕਾਰਨ ਮੈਨੂੰ ਪ੍ਰੋਗਰਾਮਸ ਦੇਖਣਾ ਪਸੰਦ ਹੈ ਡਿਫਰੈਂਟ ਸਪੋਰਟਸ ਦੇ ਨਾਲ ਰਿਲੇਟਡ ਬਟ ਟੁਡੇ ਆਮ ਗੋਇੰਗ ਟੂ ਟਾਕ ਅਬਾਊਟ ਆ ਸ਼ੋਅ ਵਿਚ ਇਜ਼ ਵਨ ਆਫ ਮਾਈ ਫੇਵਰਿਟ ਪ੍ਰੋਗਰਾਮਸ ਐਂਡ ਦੈਟ ਇਜ਼ ਫੋਰਥ ਅੰਪਾਇਰ ਅੱਜ ਮੈਂ ਇੱਕ ਸ਼ੋਅ ਬਾਰੇ ਗੱਲ ਕਰਨ ਜਾ ਰਿਹਾ ਜੋ ਕਿ ਮੇਰੇ ਫੇਵਰਿਟ ਪ੍ਰੋਗਰਾਮਸ ਦੇ ਵਿੱਚੋਂ ਇੱਕ ਹੈ ਐਂਡ ਉਸ ਦਾ ਨੇਮ ਹੈਗਾ ਫੋਰਥ ਅੰਪਾਇਰ ਇਟ ਇਜ਼ ਰਿਲੇਟਡ ਟੂ ਕ੍ਰਿਕਟ ਐਂਡ ਇਜ਼ ਟੈਲੀਕਾਸਟ 30 ਮਿੰਟਸ ਬਿਫੋਰ ਆ ਕ੍ਰਿਕਟ ਮੈਚ ਇਹ ਜਿਹੜਾ ਪ੍ਰੋਗਰਾਮ ਹੈ ਉਹ ਕ੍ਰਿਕਟ ਦੇ ਨਾਲ ਰਿਲੇਟਡ ਹੈ ਐਂਡ ਇਹ 30 ਮਿੰਟ ਪਹਿਲਾਂ ਜਿਹੜਾ 30 ਮਿੰਟਸ ਪਹਿਲਾਂ ਇਹ ਚੱਲਦਾ ਹੈ ਕਿਸੇ ਵੀ ক্রিকেট ਮੈਚ ਤੋਂ ਪਹਿਲਾਂ ਇਟ ਇਜ਼ ਅ ਗ੍ਰੇਟ ਸ਼ੋਅ ਇਨ ਵਿੱਚ 4 ক্রিকেট ਐਕਸਪਰਟਸ ਡਿਸਕਸ ਦ ਪਿਚ ਟਾਸ ਅਪਡੇਟਸ ਐਂਡ ਆਲਸੋ ਸਪੈਕੂਲੇਟ ਦ ਬੋਥ ਟੀਮਸ ਪਲੇਅਰਸ ਹੂ ਆਰ ਲਾਈਕਲੀ ਟੂ ਪਲੇ ਦੈਟ ਮੈਚ ਇਹ ਬਹੁਤ ਜ਼ਿਆਦਾ ਵਧੀਆ ਸ਼ੋਅ ਹੈ ਗ੍ਰੇਟ ਸ਼ੋਅ ਹੈ ਜਿਹਦੇ ਵਿੱਚ ਜਿਹੜੇ 4 ক্রিকেট ਐਕਸਪਰਟਸ ਆ ਉਹ ਡਿਸਕਸ ਕਰਦੇ ਹੈ ਜਿਹੜੇ ক্রিকেট ਸਟੇਡੀਅਮ ਦੇ ਵਿੱਚ ਮੈਚ ਹੋਣਾ ਹੁੰਦਾ ਉਸ ਪਿਚ ਬਾਰੇ ਐਂਡ ਟੋਸ ਦੀ ਅਪਡੇਟਸ ਦਿੰਦੇ ਆ ਐਂਡ ਅੰਦਾਜ਼ਾ ਲਗਾਉਂਦੇ ਆ ਜਾਂ ਸਪੈਕੂਲੇਟ ਕਰਦੇ ਆ ਕਿ ਕਿਹੜੀ ਜਿਹੜੇ ਪਲੇਇੰਗ 11 ਕੀ ਹੋ ਜਿਹੜੀਆਂ ਦੋਨਾਂ ਟੀਮਾਂ ਉਹਨਾਂ ਦੇ ਪਲੇਅਰਸ ਦੇ ਕਿਹੜੀ ਜਿਹੜੇ ਬੋਥ ਪਲੇਅਰਸ ਐ ਦੋਨਾਂ ਟੀਮਾਂ ਦੇ ਉਹ ਕਿਹੜੇ-ਕਿਹੜੇ ਮੈਚ ਖੇਡਣਗੇ ਆਈ ਬਾਉਟ ਦ 쇼 ਵਿਦ ਮਾਈ ਫਾਦਰ ਐਸ ਹੀ ਇਜ਼ ਆਲਸੋ ਅ ਬਿਗ ਫੈਨ ਆਫ ਕ੍ਰਿਕਟ ਮੈਂ ਵੀ ਇਹ 쇼 ਮੈਂ ਇਹ ਜਿਹੜਾ 쇼 ਦੇਖਦਾ ਮੇਰੇ ਫਾਦਰ ਨਾਲ ਕਿਉਂਕਿ ਉਹ ਵੀ ਇੱਕ ਬਹੁਤ ਵੱਡੇ ਫੈਨ ਆ ਕ੍ਰਿਕਟ ਦੇ ਡੂਰਿੰਗ ਮਾਈ ਚਾਈਲਡਹੂਡ ਹੀ ਯੂਜ਼ ਟੂ ਵਾਚ ਕ੍ਰਿਕਟ ਮੈਚਸ ਅ ਲੋਟ ਮੇਰੇ ਚਾਈਲਡਹੂਡ ਦੇ ਦੌਰਾਨ ਉਹ ਬਹੁਤ ਜ਼ਿਆਦਾ ਕ੍ਰਿਕਟ ਮੈਚਸ ਦੇਖਦੇ ਹੁੰਦੇ ਸੀ ਬਿਕੋਜ਼ ਆਫ ਹਿਮ ਆਈ ਡਿਵੈਲਪਡ ਮਾਈ ਇੰਟਰਸਟ ਇਨ ਦਿਸ ਸਪੋਰਟ ਐਸ ਵੈਲ ਸੋ ਉਹਨਾਂ ਦੇ ਕਾਰਨ ਮੈਂ ਵੀ ਜਿਹੜਾ ਆਪਣਾ ਇੰਟਰਸਟ ਆ ਉਹ ਇਸ ਸਪੋਰਟਸ ਦੇ ਵਿੱਚ ਪਾ ਲਿਆ ਨਾਊ ਮਾਈ ਇੰਟਰਸਟ ਫੋਰ ਕ੍ਰਿਕਟ ਇਜ਼ ਇਨਕਰੀਜ਼ਿੰਗ ਡੇ ਬਾਏ ਡੇ ਹੁਣ ਮੇਰਾ ਇੰਟਰਸਟ ਆ ਜਿਹੜਾ ਕ੍ਰਿਕਟ ਦੇ ਲਈ ਦਿਨ-ਬਦਨ ਵਧਦਾ ਜਾ ਰਿਹਾ ਹੈ ਇਫ ਆਈ ਟਾਕ ਅਬਾਊਟ ਵਾਈ ਆ ਲਾਈਕ ਟੂ ਬਾਉਟ ਦਿਸ ਸਪੋਰਟਸ ਪ੍ਰੋਗਰਾਮ ਜੇਕਰ ਮੈਂ ਗੱਲ ਕਰਾਂ ਕਿ ਕਿਉਂ ਮੈਨੂੰ ਇਹ ਜਿਹੜਾ ਸਪੋਰਟਸ ਪ੍ਰੋਗਰਾਮ ਦੇਖਣਾ ਪਸੰਦ ਹੈ ਐਕਚੁਅਲੀ देयर आर ਮੈਨੀ ਰੀਜਨਸ ਬਹੁਤ ਸਾਰੇ ਰੀਜਨਸ ਹੈ ਇਹਦੇ ਪਿੱਛੇ ਫਰਸਟ ਐਂਡ ਫਰਮੋਸਟ ਇਜ਼ ਦਾ ਐਂਕਰ ਆਫ ਦਾ ਸ਼ੋ ਪਹਿਲਾ ਰੀਜਨ ਹੈਗਾ ਇਸ ਦਾ ਐਂਕਰ ਰਾਮਨ ਬਨੋਟ ਜਿਸ ਦਾ ਨਾਮ ਹੈਗਾ ਰਾਮਨ ਬਨੋਟ ਦਾ ਵੇ ਹੀ ਮੇਕਸ ਕਨਵਰਸੇਸ਼ਨ ਵਿਦ ਆਦਰ ਐਕਸਪਰਟਸ ਇਜ਼ ਇਨਕ੍ਰੈਡੀਬਲ ਜਿਸ ਤਰ੍ਹਾਂ ਦੇ ਨਾਲ ਉਹ ਕਨਵਰਸੇਸ਼ਨ ਕਰਦਾ ਗੱਲਬਾਤ ਕਰਦਾ ਦੂਸਰੇ ਐਕਸਪਰਟਸ ਦੇ ਨਾਲ ਉਹ ਅਦਭੁਤ ਹੁੰਦਾ ਇਨਕ੍ਰੈਡੀਬਲ ਹੁੰਦਾ ਹੀ ਡਿਸਕਸਸਸ ਵਿਦ ਥਮ ਦਾ ਰਿਕਾਰਡਸ ਆਫ ਥੈਟ ਸਟੇਡੀਅਮ ਇਨ ਵਿੱਚ ਮੈਚਸ ਪਲੇਡ ਲਾਈਕ ਬਿਨ ਪਰਸੈਂਟੇਜ ਆਫ ਬੋਥ ਦਾ ਟੀਮ ਔਨ ਥੈਟ ਪਲੇ ਉਹ ਡਿਸਕਸ ਕਰਦਾ ਉਸ ਸਟੇਡੀਅਮ ਦੇ ਜਿਹੜੇ ਵੀ ਰਿਕਾਰਡ ਹੁੰਦੇ ਆ ਰਿਕਾਰਡਸ ਹੁੰਦੇ ਆ ਕਿ ਕਿਹੜੀ ਟੀਮ ਹੈ ਜਿਹੜੀ ਜ਼ਿਆਦਾ ਵਾਰ ਜਿੱਤਦੀ ਹੈ ਬਿਨ ਪਰਸੈਂਟੇਜ ਉਹ ਡਿਸਕਸ ਕਰਦਾ ਦੋਨਾਂ ਟੀਮਾਂ ਬਾਰੇ ਜਿਹੜੇ ਸਟੇਡੀਅਮ ਦੇ ਵਿੱਚ ਮੈਚ ਹੋਣਾ ਹੁੰਦਾ ਮੋਰਓਵਰ ਰਾਮਨ ਹੈਜ਼ ਐਨ ਐਕਸਪੀਰੀਅੰਸ ਆਫ ਓਵਰ 2 ਡੈਕੇਡਸ ਐਜ਼ ਐਨ ਐਂਕਰ ਐਂਡ ਕਮੈਂਟੇਟਰ ਇਸ ਤੋਂ ਇਲਾਵਾ ਜਿਹੜਾ ਰਾਮਨ ਆ ਉਸ ਦੇ ਕੋਲੇ ਐਕਸਪੀਰੀਅੰਸ ਹੈਗਾ 2 ਡੈਕੇਡਸ ਦਾ ਮਤਲਬ 20 ਸਾਲਾਂ ਦਾ ਐਕਸਪੀਰੀਅੰਸ ਹੈ ਐਜ਼ ਐਨ ਐਂਕਰ ਐਂਡ ਕਮੈਂਟੇਟਰ ਡੈਕੇਡ ਹੁੰਦਾ 10 ਸਾਲ ਸੋ 2 ਡੈਕੇਡਸ ਮਤਲਬ So his analysis of every match is wonderful so jo bhi wo analyze karda hai har ek match da wo bahut zyada vadiya honda wonderful honda this show really increases my knowledge about how our cricket pitches prepared for batting and bowling eh show meri increase karda knowledge gyan badhonda hai cricket pitch de bare ke ki me prepare kitiyandi hai batting and bowling li in addition to this is to alawa after the match performances of players are discussed ਇਹ ਜਿਹੜੀਆਂ ਪਰਫਾਰਮੈਂਸਸ ਹੁੰਦੀਆਂ ਨੇ ਖਿਡਾਰੀਆਂ ਦੀ ਜਿਵੇਂ ਉਹ ਖੇਡਦਾ ਕਿੰਨੇ ਰਨ ਬਣਾਉਂਦਾ ਜਾਂ ਕਿੰਨੇ ਵਿਕਟਸ ਬਣਾਉਂਦੇ ਆ ਉਹ ਜਿਹੜੀ ਪਰਫਾਰਮੈਂਸ ਆ ਉਹ ਡਿਸਕਸ ਕੀਤੀ ਜਾਂਦੀ ਐ ਇਸ ਫੋਰਥ ਅੰਪਾਇਰ ਪ੍ਰੋਗਰਾਮ ਦੇ ਵਿੱਚ ਐਸ ਆਮ ਇੰਟਰਸਟਿਡ ਇਨ ਸਪੋਰਟਸ ਸੋ ਥਿਸ ਇਜ਼ ਅ ਸ਼ੋ ਵਿਚ ਆਈ ਨੈਵਰ ਸਕਿਪ ਬਿਫੋਰ ði ਮੈਚ ਕਿਉਂਕਿ ਮੈਨੂੰ ਸਪੋਰਟਸ ਦੇ ਵਿੱਚ ਇੰਟਰਸਟ ਐ ਸੋ ਮੈਂ ਇਹ ਇੱਕ ਸ਼ੋ ਐ ਜੋ ਕਿ ਮੈਂ ਕਦੇ ਵੀ ਸਕਿਪ ਨਹੀਂ ਕਰਦਾ ਮੈਚ ਤੋਂ ਪਹਿਲਾਂ ਸੋ ਗਾਇਜ਼ ਦੈਟਸ ਆਲ ਥੈਂਕਸ ਫਾਰ ਵਾਚਿੰਗ ਮਾਈ ਵੀਡੀਓ